और तार वगैरह ना काफ़ी सारा ना मैं ना कर लिया है और काफ़ी सारा ना उन्हें पानी थले आ रहा है, बिल्कुल ना अच्छी तरीके ना तार हो गया है यार। बिस्मिल्लाहिर्रहमानिरहीम। अस्सलाम वालेकुम मेरे तमाम बहनों भाई, उम्मीद करना ठीक ठाक हो, जिते रहो हंसते ते मुस्कुराते रहो। साड़िया दो दो नाल अल्लाह पाक तुहानू खुश रखे, खुश ते आबाद रखे, किसी चीज़ की नहीं थोड़ देवे। अल्लाह पाक तुहाडे कारोबारां च बरकता पावे, जिहड़े बीमार अल्लाह पाक उन्हां शफा अता फरमावे, जिहड़े कोल औलाद नहीं अल्लाह पाक उन्हां औलाद देवे। सोहणा मालिक सारिआं ते रहमत करे, हर दा भला करे, हर दी खैर करे। और सुबह सुबह कहड़ा हैगा ना, मैं ਤਰਾਈ ਵਗੈਰਾ ਤਾਂ ਹਲਕੀ ਹਲਕੀ ਕੀਤੀ ਸੀ, ਬਾਰਨਾ ਫੁੱਲ ਤਰਾਈ ਨਹੀਂ ਹੋਈ ਹੋਈ ਹੈਗੀ, ਅਤੇ ਬੱਤੀ ਕਿਹੜੀ ਹੈਗੀ ਨਾ ਤਕਰੀਬਨ ਕਾਫੀ ਟਾਈਮ ਦੀ ਗਈ ਹੋਈ, ਅਜੇ ਤੱਕ ਨਹੀਂ ਆਈ ਹੈਗੀ, ਕਿਉਂਕਿ ਅੱਜ ਜੁਮੇ ਰਾਤ ਹੈਗੀ, ਜੁਮੇ ਰਾਤ ਨੂੰ ਅਕਸਰ ਅੱਗੇ ਚਲੀ ਜਾਂਦੀ ਹੈਗੀ। ਅਤੇ ਔਰ ਕਿਹੜਾ ਹੈਗਾ ਨਾ, ਮਿਸਤਰੀ ਬਾਈ ਤੋਂ ਪਹਿਲੇ ਮੈਂ ਕਿਹਾ ਮਿਸਤਰੀ ਬਾਈ ਕੋਲ ਪੁੱਛ ਕੇ ਨਾ ਫਿਰ ਨਾ ਮਸਾਲਾ ਵਗੈਰਾ ਬਣਾਵਾਂਗਾ, ਕਿਉਂਕਿ ਉਹ ਵੀ ਆਉਣ ਵਾਲੇ ਹੈਗੇ, ਮਜ਼ਦੂਰ ਬਾਈ ਵੀ ਨਹੀਂ ਆਇਆ ਅਜੇ ਤੱਕ। ਮੈਂ ਕਿਹਾ ਪਹਿਲੇ ਮਸਾਲਾ ਨਾ ਰਲਾ ਲਵਾਂ, ਉਹ ਨਾ ਹੋਵੇ ਵੀ ਬੱਤੀ ਦੀ ਵਜ੍ਹਾ ਨਾਲ ਨਾ ਉਸਤਾਦ ਵੀ ਤਰਾਈ ਥੋੜ੍ਹੀ ਹੈ, ਤੁਸੀਂ ਮਸਾਲਾ ਨਾ ਨਹੀਂ ਬਣਾਉਣਾ ਸੀ, ਤਾਂ ਕਰਕੇ ਇਸ ਵਜ੍ਹਾ ਤੋਂ ਮੈਂ ਨਹੀਂ ਮਸਾਲਾ ਬਣਾਇਆ ਹੈਗਾ। ਅਤੇ ਆ ਜਾਂਦੇ ਨੇ ਉਸ ਤੋਂ ਪਹਿਲੇ ਉਹਦੇ ਨਾਲ ਮਸ਼ਵਰਾ ਕਰਕੇ ਤਾਂ ਫਿਰ ਬਣਾਵਾਂਗੇ, ਸ਼ਾਇਦ ਨਾ ਅੱਜ ਮਿਸਤਰੀ ਲਾਉਣਾ ਪਵੇ, ਇਹ ਵੀ ਹੋ ਸਕਦਾ ਵੀ, ਕਿਉਂਕਿ ਨਾ ਬੱਤੀ ਨਹੀਂ ਹੈਗੀ, ਬੱਤੀ ਨਾ ਤਰਾਈ ਨਾ ਕੰਮ ਆਉਣਾ ਹੈਗਾ। ਔਰ ਮਾਸ਼ਾਅੱਲਾ ਇਹ ਵਾਲਾ ਨਾ ਕੰਮ ਕਿਹੜਾ ਹੈਗਾ ਨਾ ਹੋ ਗਿਆ ਸੀ, ਔਰ ਭਾਈ ਹੋਰ ਵੀ ਪਹੁੰਚਿਆ ਹੈਗੇ, ਅਤੇ ਔਰ ਕਿਹੜਾ ਹੈਗਾ ਨਾ ਤਕਰੀਬਨ ਇਹ ਵਾਲਾ ਮੁਕੰਮਲ ਹੋ ਗਈ ਸੀ, ਅਤੇ ਔਰ ਉਹ ਸਾਈਡ ਤਾਂ ਤੁਹਾਨੂੰ ਦੱਸਿਆ ਸੀ ਉਹ ਵੀ ਸਾਈਡ ਮੁਕੰਮਲ ਹੋ ਗਈ ਸੀ, ਅਤੇ ਇਹ ਵਾਲਾ ਵੀ, ਅਤੇ ਔਰ ਸਿਰਫ ਨਾ ਲਾਸਟ ਇਹ ਵਾਲੀ ਨਾ ਸਾਈਡ ਕਿਹੜੀ ਹੈਗੀ ਨਾ ਵੇਖਣੇ ਆ ਵੀ ਅੱਲਾ ਕਰੇਗੀ ਨਾ ਇਹ ਵਾਲੀ ਵੀ ਹੋ ਜਾਵੇਗੀ। ਬੱਤੀ ਤਾਂ ਇਹ ਨਹੀਂ, ਹੁਣ ਕੀ ਕਰੀਏ ਫਿਰ, ਮਿਸਤਰੀ ਬਈ ਆਇਆ ਬੈਠਾ ਹੈਗਾ ਬਾਹਰ, ਮਿਸਤਰੀ ਬਾਈ ਵੀ ਆ ਰਿਹਾ ਹੈਗਾ, ਤਾਂ ਔਰ ਬਾਈ ਉਰੀ ਕਹਿ ਰਹੇ ਮਿਸਤਰੀ ਨੂੰ ਨਾ ਘਰ ਛੱਡ ਆਉਂਦੇ ਹਾਂ ਵੀ, ਕਿਉਂਕਿ ਨਾ ਬੱਤੀ ਨਹੀਂ ਹੈਗੀ, ਤਰਾਈ ਵਗੈਰਾ ਤਾਂ ਨਹੀਂ ਹੈਗੀ। ਬੱਤੀ ਦਾ ਨਾ ਇੰਤਜ਼ਾਰ ਕਰਨੇ ਆ, ਘੰਟਾ ਡੇਢ ਨਾ ਆ ਜਾਂਦੀ ਤਾਂ ਠੀਕ, ਨਹੀਂ ਤਾਂ ਫਿਰ ਉਹਨੂੰ ਨਾ ਘਰ ਛੱਡ ਆਵਾਂਗੇ, ਠੀਕ ਹੈ ਨਾ। ਬੱਤੀ ਨਹੀਂ ਆਵੇਗੀ, ਬਾਈ ਹੋਰੀ ਕਹਿ ਰਹੇ ਹੈਗੇ ਵੀ ਬੱਤੀ ਨਹੀਂ ਹੈਗੀ, ਤਾਂ ਐਵੇਂ ਨਾ ਕਿਹੜਾ ਹੈਗਾ ਨਾ ਬਵਾਂ ਦਾ ਕੋਈ ਫਾਇਦਾ ਨਹੀਂ, ਪਰ ਮਜ਼ੀਦ ਘੰਟਾ ਡੇਢ ਨਾ ਉਡੀਕਣੇ ਆ, ਜੋ ਆ ਗਈ ਤਾਂ ਠੀਕ, ਨਹੀਂ ਤਾਂ ਫਿਰ ਨਾ ਬਾਈ ਹੋਰਾਂ ਨੂੰ ਵੀ ਘਰ ਛੱਡ ਆਵਾਂਗਾ, ਤਾਂ ਮਿਸਤਰੀ ਨੂੰ ਵੀ। ਉਸਤਾਦ ਵੀ ਆ ਰਿਹਾ ਸੀ ਤਾਂ ਔਰ ਮੈਂ ਵੀ ਬਾਹਰ ਜਾ ਰਿਹਾ ਹੈਗਾ, ਤਾਂ ਉਸਤਾਦ ਜੀ ਹੁਣ ਤੋਂ ਜੈਂਪਰ ਸੜਿਆ ਪਿਆ, ਫਿਰ ਡਰਾਫ ਆਰਾਮ ਦਾ, ਹੁਣ ਕੀ ਹਾਲ ਹੈ, ਤਾਰ ਕੋਈ ਨਹੀਂ ਹੋਈ ਹੋਈ ਇੱਟ, ਛੁੱਟੀ ਕਰਨੀ ਪੈਗੀ। ਹਾਂ ਅੱਜ ਫਿਰ ਜੁਮੇ ਰਾਤ ਦੀ ਛੁੱਟੀ, ਤਾਂ ਸੁਬਹਾ ਜੁਮੇ ਦੀ ਵੀ ਛੁੱਟੀ ਪੈ ਜਾਣੀ ਹੈਗੀ, ਪਰਸੋਂ ਫਿਰ ਹਫ਼ਤੇ ਵਾਲੇ ਦਿਨ ਆਓਗੇ, ਕਿਉਂਕਿ ਹੁਣ ਨਾ ਛੁੱਟੀ ਕਰਨੀ ਪੈਣੀ ਹੈਗੀ, ਕਿਉਂਕਿ ਨਾ ਤਾਰ ਹੈਗੀ ਨਹੀਂ, ਅਤੇ ਤਾਰ ਤੋਂ ਬਗੈਰ ਨਾ ਕੰਮ ਚੱਲਣਾ ਨਹੀਂ ਹੈਗਾ। ਔਰ ਉਸਤਾਦ ਨੂੰ ਵੀ ਮੈਂ ਫਿਰ ਵਾਪਸੀ ਛੱਡ ਆਉਂਦਾ, ਚਲੀਏ ਫਿਰ। ਹਾਂਜੀ, ਅਤੇ ਮੈਂ ਵੀ ਮਿਸਤਰੀ ਬਾਈ ਨੂੰ ਛੱਡ ਕੇ ਆ ਗਿਆ ਹੈਗਾ, ਔਰ ਦੁਕਾਨ 'ਤੇ ਆ ਗਿਆ, ਬੇਗਮ ਸਾਹਿਬ ਸ਼ੋਪ ਖੋਲ੍ਹ ਦਿੱਤੀ ਸੀ, ਕਿਉਂਕਿ ਬੱਚਿਆਂ ਨੂੰ ਸੁਬਹਾ ਸੁਬਹਾ ਇਹਨਾਂ ਬੇਗਮ ਸਾਹਿਬਾ ਕਾਫੀ ਸਾਰੀ ਨਾ ਥੱਕ ਗਈ ਹੈਗੀ, ਸੁਬਹਾ ਸੁਬਹਾ ਬਿਲਕੁਲ ਨਾ, ਅੱਜ ਬੱਚਿਆਂ ਦਾ ਪਹਿਲਾ ਦਿਨ ਹੈਗਾ ਸੀ ਸਕੂਲ 'ਚ, ਅਤੇ ਦਸਤੀ ਨਾਲ ਨਾ ਉਹਨਾਂ ਦਾ ਨਾਸ਼ਤਾ ਬਣਾਇਆ ਹੈਗਾ, ਅਤੇ ਅੱਜ ਤਾਂ ਬੇਗਮ ਸਾਹਿਬਾ ਮੇਰੇ ਤੋਂ ਹੀ ਨਾ ਪਹਿਲਾਂ ਨਾ ਉੱਠੀ ਹੋਈ ਹੈਗੀ ਸੀ, ਕਿਉਂਕਿ ਫਿਰ ਸਫਾਈ ਵਗੈਰਾ ਕਰਨਾ ਅਤੇ ਸਾਰਾ ਕੁਛ ਨਾ ਇਹਦੇ ਨਾਲ ਕਰਨਾ, ਵੀ ਬੱਤੀ ਨਾ ਅੱਜ ਨਾ ਵੇਲੇ ਨਾਲ ਹੀ ਚਲੀ ਗਈ ਸੀ, ਬੱਤੀ ਦੀ ਕਾਫੀ ਸਾਰੀ ਨੇ ਪਰੇਸ਼ਾਨੀ ਬਣੀ, ਨਹੀਂ ਤਾਂ ਹਾਂਜੀ ਬਿਲਕੁਲ, ਉਹ ਟੈਂਕੀ ਅਸਲ ਤਾਂ ਹੁੰਦੇ ਨਾ ਆਪਣਾ ਕੋਲ ਟੈਂਕੀ, ਤਾਂ ਟੈਂਕੀ ਭਰੀ ਹੋਈ ਹੋਣੀ ਸੀ, ਫਿਰ ਮਸਲਾ ਕੋਈ ਨਹੀਂ ਸੀ, ਉਹ ਟੈਂਕੀ ਤਾਂ ਕਾਫੀ 500-600 ਲੀਟਰ ਨਾ ਪਾਣੀ ਪੈ ਜਾਂਦਾ ਹੈਗਾ, ਹਾਂ ਆਪਣਾ ਕੰਮ ਚਲਾ ਲੈਂਦਾ ਹੈਗਾ।
ਬਸ ਮਿਸਤਰੀ ਭਾਈ ਨੂੰ ਮੈਂ ਇਸ ਗੱਲ ਛੱਡਿਆ ਵੀ ਬੱਤੀ ਤਾਂ ਖਵਾਰੇ ਕਸੇ ਕਾਫੀ ਟਾਈਮ ਹੋ ਗਿਆ ਜੀ ਤੱਕ ਬੱਤੀ ਨਹੀਂ ਆਈ। ਸੋਲਰ ਪਲੇਟ ਤੇ ਮਾਸ਼ਾਅੱਲਾ ਸਾਨੂੰ ਬਹੁਤ ਫਾਇਦਾ, ਅੱਲਾ ਪਾਕ ਉਹਦੀ ਜ਼ਿੰਦਗੀ ਕਰੇ ਜਿਹੜੇ ਸਾਡੇ ਵਾਸਤੇ ਇਤਨੀ ਸਹੂਲਤ ਬਣਾਈ। ਬੱਤੀ ਹੋਵੇ ਜਾਂ ਨਾ ਹੋਵੇ ਸਾਡੇ ਵਾਸਤੇ ਇੱਥੇ ਗਰਮੀ ਮਹਿਸੂਸ ਨਹੀਂ ਹੁੰਦੀ। ਸੋਹਣਾ ਮਾਲਕ ਉਹਨਾਂ 'ਤੇ ਰਹਿਮਤ ਕਰੇ ਜਿਹੜੇ ਇਤਨੇ ਸਾਡੇ ਵਾਸਤੇ ਗਿਫਟ ਮਾਸ਼ਾਅੱਲਾ। ਫਰੀਜ਼ਰ ਵੀ ਮਾਸ਼ਾਅੱਲਾ, ਅੱਲਾ ਪਾਕ ਤਾਂ ਬਹੁਤ ਪਿਆਰਾ ਨੇਕ ਬੰਦਾ ਸੀ ਜਿਹੜਾ ਸਾਡੇ ਵਾਸਤੇ ਇਤਨਾ ਵੱਡਾ ਗਿਫਟ, ਇਤਨਾ ਮਹਿੰਗਾ ਗਿਫਟ ਹੈਗਾ, ਬਹੁਤ ਬਹੁਤ ਜ਼ਿਆਦਾ ਮਹਿੰਗਾ ਹੈਗਾ ਜਿਹੜਾ ਇਤਨਾ ਅੱਲਾ ਪਾਕ ਦਾ ਪਿਆਰਾ ਨੇਕ ਬੰਦਾ ਹੈਗਾ ਜਿਹੜੇ ਸਾਡੇ ਵਾਸਤੇ ਗਲਿਆ ਸੀ ਬੇਗਮ ਸਾਹਿਬਾ। ਅਤੇ ਮਿਸਤਰੀ ਭਾਈ ਨਾਲ ਇਨਸ਼ਾਅੱਲਾ ਤਾਲਾ ਸੁਬਹਾ ਸੁਬਹਾ ਫਿਰ ਜੁਮਾ ਹੈਗਾ ਅਤੇ ਉਹਨੇ ਨਹੀਂ ਆਉਣਾ ਹੈਗਾ ਅਤੇ ਪਰਸੋਂ ਆਵੇਗਾ ਉੱਥੇ ਤੋਂ ਕਹਿੰਦਾ ਤਾਰ ਵਗੈਰਾ ਮੈਂ ਫਿਰ ਵੀ ਅੱਲਾ ਕਰੇ ਬੱਤੀ ਆ ਜਾਵੇ ਨਾ ਅਤੇ ਫਿਰ ਉਹਨੂੰ ਮੈਂ ਤਾਰ ਵਗੈਰਾ ਕਰਨਾ ਸਾਰੇ ਨੂੰ। ਅਤੇ ਨਲਕੇ ਵਾਲੇ ਭਾਈ ਵੀ ਆਉਣਾ ਸੀ ਜੀ, ਅੱਜ ਸ਼ਾਇਦ ਜੀ ਤੁਕ ਤਾਂ ਨਹੀਂ ਆਇਆ ਹੈਗਾ ਪਰ ਸੁਬਹਾ ਦਾ ਟਾਈਮ ਇੱਡੇ ਜ਼ਿਆਦਾ ਟਾਈਮ ਹੀ ਨਹੀਂ ਹੋਇਆ ਹੈਗਾ ਅਤੇ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਤਾਰ ਵਗੈਰਾ ਸਾਰਾ ਮੈਂ ਤਸੱਲੀ ਨਾ ਕਰਨਾ ਫਿਰ ਉਹਨੂੰ। ਅਤੇ ਨਲਕੇ ਵਾਲਾ ਆ ਜਾਵੇ ਤਾਂ ਉਹ ਵੀ ਪਰੇਸ਼ਾਨੀ ਖਤਮ ਹੋਈ ਕਿਉਂਕਿ ਨਾਲ ਵਗੈਰਾ ਨਾ। ਹਾਂਜੀ ਜੋ ਅੱਜ ਨਲਕਾ ਹੁੰਦਾ ਤਾਂ ਫਿਰ ਮਿਸਤਰੀ ਬਾਈ ਦੀ ਛੁੱਟੀ ਨਹੀਂ ਕਰਾਉਣੀ ਸੀ ਆਪਾਂ, ਕਿਉਂਕਿ ਨਲਕੇ ਨਾਲ ਗੇੜ ਕੇ ਨਾ ਅਤੇ ਤਾਰ ਵਗੈਰਾ ਕਰ ਲਈਏ ਸੀਮੈਂਟ ਬਣਾ ਲੈਣਾ ਸੀ। ਨਲਕੇ ਦਾ ਹੀ ਸਾਨੂੰ ਕਾਫੀ ਫਾਇਦਾ ਹੈਗਾ ਸੀ ਪਰ ਉਹ ਫਿਰ ਬਾਹਰ ਕਿਹੜਾ ਹੈਗਾ ਨਾ, ਅੰਦਰ ਪਾਟ ਕੇ ਹੁਣ ਕਰ ਲਵੇਗਾ, ਹੁਣ ਪਰੇਸ਼ਾਨੀ ਸਾਰੀ ਖਤਮ ਹੋ ਜਾਵੇਗੀ। ਔਰ ਮੋਟਰ ਵੀ ਅੰਦਰ ਆ ਗਈ ਤਾਂ ਔਰ ਨਲਕਾ ਵੀ ਅੰਦਰ ਆ ਗਿਆ, ਹੁਣ ਕਿ ਨਲਕਾ ਆਪਾਂ ਲਵਾਇਆ ਨਾ ਉੱਥੇ ਨਾਲ ਨਾ ਖਾਡਾ ਬਣ ਜਾਵੇਗਾ ਬਰਤਨਾਂ ਦਾ ਨਾ। ਹਾਂਜੀ ਬਰਤਨਾਂ ਦੀ ਜਗ੍ਹਾ ਅਲੱਗ ਬਣ ਜਾਵੇਗੀ, ਕੱਪੜਿਆਂ ਦੀ ਜਗ੍ਹਾ ਅਲੱਗ ਬਣ ਜਾਵੇਗੀ, ਵਾਸ਼ਰੂਮ ਅਲੱਗ ਹੋ ਜਾਵੇਗਾ। ਬੜਾ ਉਹ ਸੋਹਣਾ ਮਾਸ਼ਾਅੱਲਾ ਕੰਮ ਨਾ ਹੁਣ ਹੋ ਗਿਆ ਹੈਗਾ ਅਤੇ ਅੱਲਾ ਕਰੇ ਬੱਤੀ ਆ ਜਾਵੇ। ਤੁਸੀਂ ਆਪਣੇ ਬਰਤਨ ਵਗੈਰਾ ਧੋ ਲਓ ਅਤੇ ਘਰ ਦਾ ਕਿਹੜਾ ਕਰਨਾ ਤੁਸੀਂ ਕਰ ਲਓ, ਉਸ ਤੋਂ ਬਾਅਦ ਮੈਂ ਆਪਣਾ ਘਰ ਦਾ। ਹਾਂ ਇਹ ਵੀ ਹੈਗੀ ਬਿਲਕੁਲ, ਪਰ ਮੈਂ ਫਿਰ ਉਸ ਤੋਂ ਬਾਅਦ ਇਸ ਨਾਲ ਤਾਰ ਕਰਾਂਗਾ। ਅੱਲਾ ਕਰੇ ਉਹ ਟ੍ਰਾਂਸਫਾਰਮ ਨਾ ਜੋੜ ਰਿਹਾ ਸੀ ਬਈ ਨਾ ਜੁੜ ਜਾਵੇ ਨਾ ਅਤੇ ਫਿਰ ਬੱਤੀ ਆ ਜਾਵੇਗੀ। ਅੱਲਾ ਖੈਰ ਕਰੇਗੀ ਜਲਦੀ ਆ ਜਾਵੇ ਤਾਂ ਬਿਹਤਰ ਹੀ ਹੈ, ਵੀ ਮੈਂ ਤਾਰ ਹੋਣੇ ਲਈ ਸ਼ੁਰੂ ਕਰ ਦੇਵਾਂਗਾ। ਪਰਲੇ ਸੀਮੈਂਟ ਨੂੰ ਵੀ ਨਾ ਤਾਏ ਪਾਣੀ ਵਗੈਰਾ ਨਾ ਮਾਰਨਾ ਹੈਗਾ। ਅਤੇ ਬਹੁਤ ਸਾਰੇ ਅੱਲਾ ਪਾਕ ਦੇ ਨੇਕ ਬੰਦੇ ਨੇ ਸਾਡੀ ਮਾਸ਼ਾਅੱਲਾ ਕਾਰੋਬਾਰ ਮਾਸ਼ਾਅੱਲਾ ਬਣਾ ਦਿੱਤਾ ਸੀ ਨਾ, ਸਾਰੀ ਦਿਹਾੜੀ ਫਿਰ ਬੋਰ ਨਹੀਂ ਹੁੰਦੇ ਹਾਂ ਆਪਣੇ ਸ਼ੋਪ 'ਤੇ ਆ ਜਾਂਦੇ ਹਾਂ ਜਿਸ ਟਾਈਮ ਨਾ ਵਿਹਲੇ ਹੋਈਏ। ਅਤੇ ਚਲੋ ਮੈਂ ਤੁਸੀਂ ਪਹਿਲੇ ਕਰ ਲਓ, ਉਸ ਤੋਂ ਬਾਅਦ ਅਸੀਂ ਆਪਣਾ ਮੈਂ ਕਰ ਲਵਾਂ। ਬੇਗਮ ਸਾਹਿਬਾ ਨੇ ਵੀ ਆਪਣਾ ਕੰਮ ਕਰ ਰਿਹਾ ਹੈਗਾ ਔਰ ਮੈਂ ਵੀ ਹੁਣ ਚੱਲਿਆ, ਉਹ ਆ ਗਿਆ ਗਰੇ। ਔਰ ਮੇਰਾ ਨਾ ਕਬੂਤਰਾਂ ਦਾ ਪਾਣੀ ਕਿਹੜਾ ਹੈਗਾ ਨਾ ਖਤਮ ਹੋਇਆ ਪਿਆ ਗਿਆ, ਮੈਨੂੰ ਦੇਖ ਕੇ ਅਤੇ ਵੇਖ ਸਾਰੇ ਨਸ ਨਸ ਕੇ ਮੇਰੇ ਲਈ ਆ ਰਹੇ ਗੇ। ਆ ਜਾਓ, ਪਾਣੀ ਖਤਮ ਹੋਇਆ ਪਿਆ ਹੈਗਾ, ਉਹ ਪਾਉਂਦਾ ਇਹਨਾਂ ਨੂੰ ਮੈਂ, ਸਾਰੇ ਨਾ ਬਾਹਰ ਆ ਗਏ ਹੈਗੇ, ਸਾਰੇ ਪਾਣੀ ਦੌਰੇ ਨਾਲ ਖਤਮ ਹੋ ਗਿਆ ਹੈਗਾ। ਹਾਂਜੀ ਪਾਣੀ ਖਤਮ ਹੋ ਗਿਆ ਹੈ, ਅੱਛਾ ਲੈ ਆਉਣਾ ਤੁਹਾਡੇ ਵਾਸਤੇ ਪਾਣੀ ਹੁਣ ਮੈਂ। ਸਮਝਦਾਰ ਜਾਨਵਰ ਵੀ ਕਿਹੜੇ ਹੈਗੇ ਨਾ, ਪਰਿੰਦੇ ਵੀ ਨਾ, ਇਹ ਵੀ ਕਾਫੀ ਸਾਰੇ ਸਮਝਦਾਰ ਯਾ, ਮੈਨੂੰ ਦੇਖਿਆ ਨੇ ਨਾ ਸਾਰੇ ਦੇਖ ਲਾ ਬਾਹਰ ਆ ਗਏ ਹੈਗੇ ਅਤੇ ਬਈ ਇੰਨੇ ਨੇ ਦਾਣਾ ਪਾਣੀ ਸਾਨੂੰ ਨਾ ਪਾਉਣਾ, ਦਾਣਾ ਤਾਂ ਪਾ ਦਿੱਤਾ ਸੀ। ਬੈਠੋ ਫਿਰ ਮੈਂ ਲੈ ਆਉਣਾ ਤੁਹਾਡੇ ਵਾਸਤੇ। ਔਰ ਕਿਹੜਾ ਗਰੇ ਵੀ ਨਾ ਬੱਤੀ ਵੀ ਮੈਂ ਨਾ ਪਹੁੰਚਿਆ ਹੀ ਹੈ ਸਾਡੇ ਕੋਲ, ਕਾਫੀ ਲੇਟ ਆਈ ਹੈਗੀ ਬੱਤੀ ਅਤੇ ਹੋਰ ਚੱਲ ਕੇ ਹੁਣ ਨਾ ਤਰਾਈ ਵਗੈਰਾ ਕਰਨੇ ਆ ਵੀ ਸੁਬਹਾ ਨਾ, ਬਲਕਿ ਸੁਬਹਾ ਤਾਂ ਫਿਰ ਕਹਿ ਦੇਣਾ ਫਿਰ ਸੁਬਹਾ ਨਾ ਉਹਨੇ ਨਹੀਂ ਕੰਮ। ਔਰ ਨਲਕਾ ਕਿਹੜਾ ਹੈਗਾ ਨਾ ਸਾਡਾ ਮਿਸਤਰੀ ਬਾਈ ਨਹੀਂ ਪਹੁੰਚਿਆ ਹੈਗਾ, ਜੇ ਮਿਸਤਰੀ ਬਾਈ ਆ ਜਾਂਦਾ ਨਾ ਤਾਂ ਫਿਰ ਨਲਕਾ ਸਾਡਾ ਲੱਗ ਜਾਂਦਾ ਤਾਂ ਫਿਰ ਤਾਂ ਫਿਕਰ ਹੀ ਨਹੀਂ ਸੀ। ਅਤੇ ਔਰ ਇਹ ਵਾਲੀ ਕੱਲ੍ਹ ਕਿਹੜੀ ਹੈਗੀ ਸੀ ਨਾ ਮੈਂ ਤੁਹਾਨੂੰ ਦੱਸਿਆ ਸੀ ਬਈ ਇਸ ਤਰੀਕੇ ਨਾਲ ਬਣਾ ਦੇਵਾਂਗੇ, ਔਰ ਸ਼ਾਮ ਟਾਈਮ ਨਾਲ ਮਿਸਤਰੀ ਬਾਈ ਕਿਹੜਾ ਹੈਗਾ ਨਾ ਇਹ ਵਾਲਾ ਨਾ ਪੈਂਪ ਵਗੈਰਾ ਕਿਹੜੇ ਹੈਗੇ ਨਾ ਟੋਟਲ ਕਾਹ ਦਿੱਤੇ ਹੈਗੇ ਵੀ ਇੱਥੇ ਨਾ ਕੋਈ ਬੱਚਾ ਪੈਰ ਨਾ ਦੇ ਕੇ ਨਾ ਤੋੜ ਨਾ ਦੇਵੇ। ਹੁਣ ਇਹਦਾ ਮਸਲਾ ਮਸਾਇਲ ਕੋਈ ਨਹੀਂ, ਭਾਵੇਂ ਜਿਸ ਟਾਈਮ ਨਾਲ ਖਰਾਬ ਮੋਟਰ ਹੋਵੇਗੀ ਨਾ ਬੋਰ ਵੀ ਨਹੀਂ ਖਰਾਬ ਹੋਵੇਗੀ ਅਤੇ ਮੋਟਰ ਵੀ ਨਹੀਂ ਖਰਾਬ ਹੋਵੇਗੀ, ਕਿਉਂਕਿ ਬੋਰ ਦਿਆਂ ਵਾਲਾ ਮਤੇ ਇਹ ਵਾਲਾ ਪਰਦਾ ਕਰ ਦਿੱਤਾ, ਹੁਣ ਇੱਥੇ ਲਾਈਫ ਟਾਈਮ ਵਾਸਤੇ ਪਈ ਰਹੇ, ਕੋਈ ਮਸਲਾ ਮਸਾਇਲ ਨਹੀਂ ਹੈਗਾ। ਅਤੇ ਔਰ ਕਿਹੜਾ ਹੈਗਾ ਨਾ ਅੰਦਰਲੀ ਸਾਈਡ 'ਤੇ ਨਾ ਮੋਟਰ ਵੀ ਅੱਛੀ ਖਾਸੀ ਲਾ ਲਈ,
ਅੰਦਰਲੀ ਸਾਈਡ ਤੇ ਨਾ ਇਵੇਂ ਦਾ ਹੀ ਕਰਕੇ ਨਾ ਬਣਾ ਦਿੱਤਾ ਸੀ। ਔਰ ਬੇਗਮ ਸਭਾ ਕਿਹੜੀ ਹੈਗੀ ਨਾ ਆਪਣਾ ਸਫਾਈ ਵਗੈਰਾ ਕਰ ਗਈ, ਚਾਰ ਪਾਈਆਂ ਬਾਹਰ ਕੱਢ ਗਈ, ਬੱਚਿਆਂ ਦੇ ਸਾਰਿਆਂ ਦੇ ਕੱਪੜੇ ਕਿਹੜੇ ਹੈਗੇ ਨਾ ਧੋ ਕੇ ਤਾਂ ਚਲੀ ਗਈ ਹੈਗੀ, ਉਹ ਡਿੱਗ ਗਿਆ। ਕਿਹੜੀ ਹੈਗੀ ਨਾ ਹਵਾ ਮਾਸ਼ਾਅੱਲਾ ਗੁੱਲੀ ਹੋਈ ਹੈਗੀ, ਬੜਾ ਹੀ ਪਿਆਰਾ ਪਿਆਰਾ ਨਾ ਬੱਦਲ ਵਗੈਰਾ, ਮੌਸਮ ਬੜਾ ਹੀ ਪਿਆਰਾ ਬਣ ਰਿਹਾ ਹੈਗਾ ਸਾਡਾ ਤੋਂ ਨਾ ਸਾਰੇ ਚਾਰ ਸਵੇਰੇ ਨਾ ਇਹ ਸਾਈਡ ਤੋਂ ਵੀ ਨਾ ਕਾਫੀ ਸਾਰਾ ਨਾ ਮੌਸਮ ਬੱਦਲ ਹੈਗਾ। ਅੱਲਾ ਕਰੇ ਬਾਰਿਸ਼ ਆ ਜਾਵੇ ਨਾ ਤਾਂ ਕਿਆ ਹੀ ਬਾਤ ਹੈਗੀ। ਔਰ ਇਹ ਆਲਾ ਕਿਤੇ ਨਾ ਇੱਥੇ ਨਾ ਸੈਟਿੰਗ ਸ਼ੂਟਿੰਗ ਕਰਾਂਗੇ, ਸਾਰਾ ਕਚਰਾ ਵਗੈਰਾ ਥੋੜ੍ਹਾ ਸਾਈਡ 'ਤੇ ਕੱਢਤਾ ਸੀ। ਔਰ ਇਹ ਆਲਾ ਨਾ ਮੋਟਰ ਨੂੰ ਕਿਹੜਾ ਹੈਗਾ ਨਾ ਇਸ ਤਰੀਕੇ ਨਾਲ ਅੰਦਰਲੀ ਸਾਈਡ ਤੋਂ ਵੀ ਨਾ ਬਣਾ ਦਿੱਤਾ, ਹੁਣ ਇੱਥੋਂ ਇੱਕ ਤਾਂ ਡਿੱਗੇਗੀ ਨਹੀਂ ਇਹਦੇ ਉੱਤੇ ਨਾ, ਹੁਣ ਕੋਈ ਅੱਛੀ ਜੀ ਨਾ ਮੇਰੀ ਤਾਂ ਦਿਲ ਹੈਗੀ ਸੀ ਇੱਥੇ ਨਾਲ ਨਾ ਥੋੜ੍ਹੀ ਦੀਵਾਰ ਇੰਨਾ ਖਾਲੀ ਕਰਕੇ ਨਾ ਅਤੇ ਇੰਜ ਕਰਕੇ ਰੱਖਦੇ ਨੇ, ਫਿਰ ਉਹ ਨਾ ਕਾਫੀ ਸਾਰੀ ਜਗ੍ਹਾ ਮੱਲ ਲੈਣੀ ਸੀ। ਮਿਸਤਰੀ ਬਾਈ ਨੇ ਕਿਹਾ ਇਸ ਤਰੀਕੋ ਠੀਕ ਹੈ, ਪੈਂਪ ਹੀ ਆਪਾਂ ਕਹਿੰਦੇ ਵੀ ਪੈਂਪਾਂ ਦਾ ਨੁਕਸਾਨ ਨਾ ਹੋਵੇ, ਇਸ ਤਰੀਕੋ ਹੋ ਗਿਆ ਇਹ ਵਾਲਾ ਕੰਮ ਹੀ ਅੱਛਾ ਹੋ ਗਿਆ। ਅਤੇ ਔਰ ਹੁਣ ਨਾ ਕਿਹੜਾ ਹੈਗਾ ਨਾ ਮੈਂ ਮੋਟਰ ਚਲਾ ਕੇ ਨਾ ਅਤੇ ਕਿਹੜਾ ਹੈਗਾ ਨਾ ਫੁੱਲ ਅੰਦਰੋਂ ਨਾ ਤਰ ਕਰਨਾ, ਅਤੇ ਔਰ ਇਨਸ਼ਾਅੱਲਾ ਤਾਲਾ ਅੱਲਾ ਦੀ ਬਰਕਤ ਨਾਲ ਅਤੇ ਅੱਲਾ ਪਾਕ ਦੇ ਬੰਦਿਆਂ ਦੀ ਸਿਦਾਕ ਨਾਲ ਅਤੇ ਉਹਨਾਂ ਦੀ ਸਪੋਰਟ ਨਾਲ ਇਨਸ਼ਾਅੱਲਾ ਤਾਲਾ ਅਸੀਂ ਨਾ ਇਹ ਵਾਲਾ ਪਲਸਤਰ ਵੀ ਨਾ ਇਨਸ਼ਾਅੱਲਾ ਤਾਲਾ ਅੱਲਾ ਦੀ ਬਰਕਤ ਨਾਲ ਨਾ ਕਰਾਵਾਂਗੇ। ਅਤੇ ਔਰ ਕਿਹੜਾ ਹੈਗਾ ਨਾ ਅੰਦਰੋਂ ਕਿਹੜਾ ਹੈਗਾ ਨਾ ਅੰਦਰ ਤਕਰੀਬਨ ਹੁਣ ਤਰ ਕਿਹੜਾ ਹੈਗਾ ਨਾ ਬਿਲਕੁਲ ਨਾ ਖੁਸ਼ਕ ਹੋਈਆਂ ਪਈਆਂ ਹੈਗੀਆਂ, ਵੇਖੋ ਨਾ ਕੋਈ ਡਿੱਗ ਡੁੱਗ ਨਹੀਂ ਰਹੀਆਂ ਹੈਗੀਆਂ। ਇਹ ਥੋੜ੍ਹਾ ਜਿਹਾ ਵਾਟਰ ਵੀ ਹੈ ਤਾਂ ਕਰਦੀ ਖੁੱਤੀ ਹੈਗੀ ਸੁੱਕਾ ਸੁੱਕਾ, ਇਹਨੂੰ ਸਾਰਾ ਤਸੱਲੀ ਨਾਲ ਪਾਣੀ ਦੋ ਤਿੰਨ ਟਾਈਮ ਲਾਵਾਂਗਾ ਕਿਉਂਕਿ ਨਾ ਜੱਜ਼ਬ ਹੋ ਜਾਵੇਗੀ। ਉਸ ਤੋਂ ਬਾਅਦ ਇਹ ਨਾ ਇਹਨੂੰ ਚਿੱਟਾ ਨਾ ਚੂਨਾ ਕਿਹੜਾ ਹੈਗਾ ਨਾ ਚਿੱਟਾ ਸੀਮੈਂਟ ਕਿਹੜਾ ਹੈਗਾ, ਚੂਨਾ ਨਹੀਂ ਮਾਰਨਾ ਉਹ ਤਾਂ ਨਾ ਨਾਲ ਹੱਥਾਂ 'ਤੇ ਲੱਗੀ ਰਹਿੰਦਾ ਹੈਗਾ, ਸੀਮੈਂਟ ਕਿਹੜਾ ਹੈਗਾ ਨਾ ਚਿੱਟਾ ਸਫੈਦ ਉਹ ਮਾਰਨੇ ਆ। ਔਰ ਇਸ ਸਾਈਡ 'ਤੇ ਵੀ ਇਹ ਵਾਲਾ ਮੁਕੰਮਲ ਹੋ ਗਿਆ, ਇਹਨੂੰ ਚੰਗਾ ਅੱਛੀ ਤਰੀਕੇ ਨਾਲ ਮੈਂ ਹੁਣ ਤਾਰ ਕਰ ਲੈਂਦਾ ਕਿਉਂਕਿ ਨਾ ਤਾਰ ਹੁੰਦੀ ਤਾਂ ਅੱਜ ਫਿਰ ਨਾ ਭਾਈ ਹੋਰਾਂ ਨੇ ਮੁੜਨਾ ਨਹੀਂ ਸੀ, ਅੱਜ ਇਹ ਵਾਲਾ ਕੰਮ ਵੀ ਨਾ ਕੰਪਲੀਟ ਹੋ ਜਾਣਾ ਸੀ। ਇਹ ਵਾਲਾ ਅਲਬਾਰੀ ਕਿਹੜੀ ਹੈਗੀ ਸੀ ਇਹ ਵੀ ਨਾ ਪਲਸਤਰ ਹੋ ਜਾਣੀ ਸੀ, ਔਰ ਦਰਵਾਜ਼ੇ ਵਾਲੀਆਂ ਇਹ ਵਾਲੀਆਂ ਕਿਹੜੀ ਨੁਕਰਾਂ ਹੈਗੀਆਂ ਇਹ ਵਾਲੀਆਂ ਵੀ ਨਾ ਮੁਕੰਮਲ ਹੋ ਜਾਣੀਆਂ ਸੀ। ਅਤੇ ਹੁਣ ਪੈਪ ਲੈਣ ਨਾ ਤਾਂ ਮੈਂ ਨਾ ਛੇ ਹਾਂਜੀ ਅਤੇ ਮੈਂ ਵੀ ਕਿਹੜਾ ਹੈਗਾ ਨਾ ਤਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਔਰ ਇੱਕ ਵਾਰੀ ਨਾ ਇਹਨਾਂ ਨੂੰ ਨਾ ਦੋ ਤਿੰਨ ਦਿਨ ਨਾ ਥੱਲੀ ਨਾਲ ਨਾ ਤਾਰ ਕਰਾਂਗਾ ਵੀ ਪਾਣੀ ਨਾਲ ਉੱਚੀ ਥੱਲੇ ਆਉਣਾ ਜੋੜ ਕੇ ਥੱਲੇ ਆ ਰਹੇ ਅਤੇ ਮਜ਼ਬੂਤੀ ਨਾਲ ਕਾਫੀ ਤਾਰੇ ਦੇਣਾ ਦੀ ਬਣਦੀ ਹੈ। ਇਹ ਦੇਖੋ ਨਾ ਜਾਂ ਪਾਣੀ ਅੱਗੇ ਤਾਰ ਹੈਗੀ ਹੈ ਨਾ ਉੱਨ ਜਾਂ ਉਸਦੀ ਸਾਈਡ ਕਰੀਦਾ ਪਾਣੀ ਨਾਲ ਥੱਲੇ ਆ ਰਿਹਾ ਹੈਗਾ, ਕਾਫੀ ਅੱਛੀ ਤਰੀਕੋ ਨਾਲ ਸਾਰੇ ਨੂੰ ਚਾਰ ਦੀਵਾਰੇ ਨਾਲ ਨਾ ਇਹਨੂੰ ਅੱਛੀ ਤਰੀਕੋ ਕਰਾਂਗੇ ਕਿਉਂਕਿ ਨਾ ਜ਼ਿਆਦਾ ਨਾ ਮਜ਼ਬੂਤੀ ਖੜੇ। ਔਰ ਬਸ ਇਹ ਵਾਲੀ ਸਾਡਾ ਮੁਕੰਮਲ ਹੋ ਗਿਆ ਕੁੱਤੀਆਂ ਹੈਗੀਆਂ, ਕਿਉਂਕਿ ਇਹਨਾਂ 'ਤੇ ਥੋੜ੍ਹਾ ਥੋੜ੍ਹਾ ਪਾਣੀ ਲੱਗਣਾ ਹੈਗਾ, ਇਹ ਵਾਲੀ ਕਿਹੜੀ ਇੱਥੇ ਜ਼ਿਆਦਾ ਲੱਗਣਾ ਹੈਗਾ ਕਿਉਂਕਿ ਫਿਰ ਤਾਰ ਰਹੇਗੀ ਨਾ ਅਤੇ ਤਾਂ ਇਹ ਪਲਸਤਰ ਆਉਣਾ ਹੈ। ਇਹ ਚੂ ਚੂ ਪਾਣੀ ਥੱਲੇ ਆਵੇ ਅਤੇ ਫਿਰ ਨਾ ਤਾਰ ਰਹਿਣਾ। ਮੁਰਸੁਕੀਆਂ ਇੱਦਾਂ ਹੈਗੀਆਂ ਕਾਫੀ ਸਾਰੀਆਂ ਨੇ ਪਾਣੀ ਖਿੱਚਣਾ ਹੈਗਾ, ਕੁਛ ਹੁਣ ਲਾਵਾਂਗਾ ਕੁਛ ਸੁਬਾਹ ਲਾਵਾਂਗਾ ਜਾਂ ਰਾਤ ਨੂੰ ਮੈਂ ਕਾਫੀ ਟਾਈਮ ਲਾਵਾਂਗਾ ਅਤੇ ਬਾਕੀ ਸਾਈਡ ਤੋਂ ਇਹਨਾਂ ਨੇ ਪਾਣੀ ਵਗੈਰਾ ਨਾ ਕਿਹੜਾ ਜਿਹਾ ਲਾਉਣਾ ਉਸ 'ਤੇ ਵੀ ਨਾ ਪਲਸਤਰ ਵਗੈਰਾ ਨਾ ਕਰਨੀਆਂ ਹੈਗਾ। ਇਹ ਵਾਲਾ ਮਸਲਾ ਕਿਹੜਾ ਰੋਸ਼ਨ ਦਾਨ ਹੈ ਨਾ ਉਹ ਵਾਲਾ ਬੰਦ ਕਰ ਦੇਵਾਂਗੇ ਥੱਲੇ ਵਾਲੇ ਨਾ ਰੱਖ ਲਵਾਂਗੇ ਕਿਉਂਕਿ ਨਾ ਦੋ ਰੋਸ਼ਨ ਦਾਨ ਨਾ ਇੱਕ ਸਾਈਡ 'ਤੇ ਨਹੀਂ ਰੱਖਦੇ। ਅਗਲਾ ਨਾ ਚਾਂਬੜ ਵਾਲਾ ਤੇ ਸੀ ਜੁਗਾੜ ਠੀਕ ਹੈਗਾ ਉਹਦੇ ਨਾਲ ਨਾ ਠੀਕ ਲੱਗਣਗੇ ਕਿਉਂਕਿ ਅਸੀਂ ਤਾਂ ਥੱਲੇ ਪਾਣੀ ਕਾਫੀ ਸਾਰਾ ਦਾ ਡੁੱਲਦਾ ਪਿਆ ਹੈਗਾ, ਬਾਹਰ ਨਾ ਚਾਰ ਪਾਈਆਂ ਥੱਲੇ ਨਾਲ ਪਾਣੀ ਚਲਾ ਜਾ ਰਿਹਾ ਹੈ, ਉਹ ਵਾਲਾ ਨਾ ਬਾਂਸ ਉੱਤੇ ਰੱਖ ਕੇ ਨਾ ਅਤੇ ਸਾਈਡ 'ਤੇ ਨਾ ਰੱਖਣੇ ਹੈਗੇ ਕਰਕੇ।
ਹਾਂਜੀ, ਅਤੇ ਕਾਫੀ ਸਾਰਾ ਨਾ ਮੈਂ ਇਹਨੂੰ ਨਾ ਤਰ ਕਰ ਲਿਆ ਹੈਗਾ ਚਾਰ ਸਵੇਰੇ ਨਾ, ਇੱਧਰ ਵੀ ਕਾਫੀ ਸਾਰਾ ਉਹਨਾਂ ਪਾਣੀ ਥੱਲੇ ਆ ਰਿਹਾ ਔਰ ਕਾਫੀ ਸਾਰਾ ਨਾ ਪਾਣੀ ਬਾਹਰ ਨਾ ਜਾ ਰਿਹਾ ਹੈਗਾ, ਕਿਉਂਕਿ ਅਗਰ ਬਾਹਰ ਪਾਣੀ ਥੱਲੇ ਜੇ ਜ਼ਿਆਦਾ ਹੋ ਜਾਵੇ ਨਾ ਤਾਂ ਫਿਰ ਇਹਨੇ ਸੁਰਾਖ ਥੱਲੇ ਕਰਨਾ ਸ਼ੁਰੂ ਕਰ ਦੇ, ਕਿਉਂਕਿ ਕੱਚਾ ਹੈਗਾ ਉਹ ਵਾਲਾ ਨਾ। ਉੱਥੋਂ ਬੇਗਮ ਸਾਹਿਬਾ ਦਸਤੀ ਆਈ ਹੈਗੀ ਨਾ, ਹੁਣੇ ਆਈ ਹੈਗੀ, ਇਹ ਵਾਲਾ ਨਾ ਸੁਰਾਖ ਹੋ ਗਿਆ ਸੀ ਥੱਲੇ ਨਾ, ਉਹਨਾਂ ਪਾਣੀ ਫਿਰ ਜਾ ਰਿਹਾ ਹੈਗਾ ਇੱਥੋਂ। ਇੱਥੇ ਨਾ ਕੋਈ ਰੋੜਾ ਵਗੈਰਾ ਨਾ ਵੇਚ ਦਿੰਦੇ ਹੈਗੇ, ਠੀਕ ਹੈ ਨਾ ਬੇਗਮ ਸਾਹਿਬਾ, ਕਿਉਂਕਿ ਹੁਣ ਪਾਣੀ ਸਾਰਾ ਬਾਜ਼ਾਰ ਨੂੰ ਨਾ ਬਾਹਰ ਨੂੰ ਜਾ ਰਿਹਾ ਹੈਗਾ। ਵੀ ਅਗਰ ਥੋੜ੍ਹਾ ਜਿਹਾ ਨਾ ਹੇਠੋਂ ਨਾ ਇਹਦੇ ਬਰੀਕ ਕਰਕੇ ਨਾ, ਤਾਂ ਉਸ ਤੋਂ ਬਾਅਦ ਸੀ ਨਾ ਮੈਂ ਸ਼ਾਮ ਟਾਈਮ ਨਾ ਜਾਂ ਰਾਤ ਨੂੰ ਨਾ ਇੱਥੋਂ ਬਾਹਰਲੀਆਂ ਸਾਈਡਾਂ ਕਿਹੜੀਆਂ ਹੈਗੀਆਂ ਇਹ ਵਾਲੀਆਂ ਇਹ ਮੁਕੰਮਲ ਨਾ ਤਾਰ ਕਰ ਲਵਾਂਗਾ। ਜੋ ਹੁਣ ਸਾਰਾ ਕਰੀਏ ਨਾ ਤਾਂ ਫਿਰ ਸਾਰੀ ਚੇਕ ਹੀ ਚੇਕ ਥੱਲੇ ਨਾ ਪਾਣੀ ਗਿੱਲਾ ਗਿੱਲਾ ਹੋ ਜਾਣਾ ਹੈਗਾ ਛੋਤਰਾ। ਹਾਂਜੀ, ਨਹੀਂ ਨਲਕੇ ਵਾਲੇ ਭਾਈ ਨੂੰ ਫੋਨ ਕਰਨੇ ਆ ਵੀ ਕਿਉਂ ਨਹੀਂ ਆਇਆ ਹੈਗਾ, ਨਲਕਾ ਲਾ ਦਿੰਦਾ, ਨਲਕਾ ਤਾਂ ਹੁੰਦਾ ਤਾਂ ਫਿਰ ਮਿਸਤਰੀ ਬਾਈ ਨੇ ਛੁੱਟੀ ਨਹੀਂ ਕਰਨੀ ਸੀ, ਕਿਉਂਕਿ ਨਲਕੇ ਤੋਂ ਗੇੜ ਕੇ ਨਾ ਤਾਂ ਸਾਰਾ ਕੰਮ ਕਰ ਲੈਣਾ ਸੀ। ਅਤੇ ਔਰ ਕਾਫੀ ਸਾਰੇ ਮਾਸ਼ਾਅੱਲਾ ਕਮੈਂਟ ਆਇਆ ਹੈਗੇ ਸੀ, ਬਹੁਤ ਅੱਛੇ ਅੱਛੇ ਕਮੈਂਟ। ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਵੀ ਤੁਹਾਡਾ ਘਰ ਮਾਸ਼ਾਅੱਲਾ ਆਸਤਾ ਆਸਤਾ ਨਾ ਹੁਣ ਬਣ ਜਾਵੇਗਾ। ਬਹੁਤ ਸਾਰੇ ਭਾਈਆਂ ਭੈਣਾਂ ਦੁਆ ਕੀਤੀ ਹੈਗੀ ਵੀ ਬੇਗਮ ਸਾਹਿਬਾ ਤੁਹਾਡੀ ਨਾ ਕਿਹੜੀ ਹੈਗੀ ਨਾ ਬਈ ਥੋੜ੍ਹਾ ਜਿਹਾ ਨਾ ਰਹਿੰਦੀ ਸੀ ਪਰੇਸ਼ਾਨ ਅਤੇ ਹੁਣ ਆਸਤਾ ਆਸਤਾ ਕਿਹੜਾ ਗਿਆ। ਹਾਂਜੀ ਹਾਂਜੀ, ਬਹੁਤ ਸਾਰੇ ਬਹੁਤ ਸਾਰੇ ਅੱਲਾ ਪਾਕ ਦੇ ਨੇਕ ਬੰਦਿਆਂ ਦੀ ਸਪੋਰਟ ਨਾ ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ ਹਾਂਜੀ ਮਾਸ਼ਾਅੱਲਾ। ਹਾਂਜੀ, ਸਾਡੇ ਵਾਸਤੇ ਤਾਂ ਬਹੁਤ ਵੱਡੀਆਂ ਰਕਮਾਂ ਹੈਗੀਆਂ ਬਹੁਤ ਸਾਰੀਆਂ, ਜਿਹੜੇ ਅੱਲਾ ਪਾਕ ਦੇ ਇਤਨੇ ਨੇਕ ਬੰਦੇ ਅਤੇ ਹੋਰ ਪਿਆਰੇ ਬੰਦੇ ਹੈਗੇ। ਸੋਹਣਾ ਮਾਲਕ ਉਹਨਾਂ 'ਤੇ ਰਹਿਮਤਾਂ ਕਰੇ, ਉਹਨਾਂ ਦੇ ਬੱਚਿਆਂ ਦੀ ਫੈਮਿਲੀਆਂ 'ਤੇ ਸਾਰਿਆਂ 'ਤੇ ਰਹਿਮਤ ਸੋਹਣਾ ਮਾਲਕ ਕਰੇ, ਉਹਨਾਂ ਦੀ ਪੋਤੀਆਂ 'ਤੇ ਪੋਤਰਿਆਂ 'ਤੇ ਸਾਰੇ ਦੋਹਤਰਿਆਂ ਪੋਤਰਿਆਂ ਦੀ ਅੱਲਾ ਜ਼ਿੰਦਗੀ ਕਰੇ, ਉਹਨਾਂ ਦੇ ਕਾਰੋਬਾਰ ਲੱਖਾਂ ਅਤੇ ਕਰੋੜਾਂ ਦੇ ਹਿਸਾਬ ਨਾਲ ਬਰਕਤਾਂ ਪਾਵੇ, ਦੌਲਤ ਉਹਨਾਂ ਨੂੰ ਮੇਰਾ ਸੋਹਣਾ ਮਾਲਕ ਇਤਰੀ ਦੇਵੇ ਉਹ ਥੱਕਦੇ ਅਤੇ ਕੁੰਜੀ ਦੇ ਥੱਕੇ ਨਹੀਂ ਨਾ, ਕਿਉਂਕਿ ਸਾਡੇ ਵਾਸਤੇ ਆਪਣੇ ਇਤਰੇ ਖਜ਼ਾਨੇ ਦੇ ਵਿੱਚੋਂ ਸਾਡੇ ਵਾਸਤੇ ਇਤਰੀ ਹੈਲਪ ਮਾਸ਼ਾਅੱਲਾ ਕਰ ਦੇਣ। ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਜਿਹੜੇ ਸਾਡੇ ਘਰ ਮਾਸ਼ਾਅੱਲਾ ਬਣਾ ਦਿੱਤੇ ਨੇ। ਬਹੁਤ ਸਾਰੇ ਅੱਲਾ ਪਾਕ ਦੇ ਨੇਕ ਬੰਦੇ ਹੈਗੇ ਜਿਹੜੇ ਨਾ ਸਾਡੇ ਘਰ ਵਾਸਤੇ ਮਾਸ਼ਾਅੱਲਾ ਹੈਲਪ ਕੀਤੀ ਹੈਗੀ। ਸੋਹਣਾ ਮਾਲਕ ਉਹਨਾਂ 'ਤੇ ਰਹਿਮਤ ਕਰੇ, ਸਾਡੇ ਬੱਚਿਆਂ ਵਾਸਤੇ ਬਹੁਤ ਸਾਰੀ ਹੈਲਪ ਕੀਤੀ। ਔਰ ਕਮੈਂਟ ਆਇਆ ਸੀ ਬਾਈ ਨਾ ਤੁਸੀਂ ਛੋਟੇ ਛੋਟੇ ਨਾ ਇਹਨਾਂ ਦੀ ਸ਼ੌਕਾਂ ਨਾ ਬੱਚਿਆਂ ਦੀਆਂ ਨਾ ਤੁਸੀਂ ਵੇਖੀਆਂ ਕਰੋ, ਕਿਉਂਕਿ ਨਾ ਮਜਬੂਰ ਹੋ ਗਏ ਸੀ ਅਸੀਂ ਹਰ ਸਾਲ ਨਾ ਅਗਲੇ ਸਾਲ 'ਤੇ ਮੈਂ ਲੈਤੀ ਸੀ 14 ਅਗਸਤ 'ਤੇ, ਪਰ ਇਸ ਕੀ ਮਹਿੰਗੇ ਕੱਪੜੇ ਹੈਗੇ ਸੀ, ਤਕਰੀਬਨ 1000 ਰੁਪਏ ਦਾ ਇੱਕ ਜੋੜਾ ਕੱਪੜਿਆਂ ਦਾ ਹੈਗਾ ਸੀ, ਤਾਂ ਕਰਕੇ ਇਸ ਗੱਲੋਂ ਕੱਪੜੇ ਬੱਚਿਆਂ ਦੇ ਨਹੀਂ ਲਏ। ਮਾਜ਼ਰਤ ਖਾਨ। ਹਾਂਜੀ, ਬੱਚਿਆਂ ਦੇ ਬੱਚੇ ਖੁਸ਼ ਹੋਵੇ ਨਾ ਤਾਂ ਮਾਂ ਪਿਓ ਉਹਨਾਂ ਆਪੇ ਖੁਸ਼ ਹੁੰਦਾ ਹੈ। ਹਾਂਜੀ, ਨਹੀਂ ਹੁਣ ਅਸੀਂ ਨਾ ਇਹਨਾਂ ਵਾਸਤੇ ਨਾ ਦੋ ਜੋੜੇ ਕਿਹੜੇ ਹੈਗੇ ਨਾ ਸੂਟ ਲਵਾਂਗੇ, ਕਿਉਂਕਿ ਇਹ ਹੀ ਪੈਲਟ ਸ਼ੈਲਟ ਉਹ ਅਗਲੀ ਈਦ 'ਤੇ ਲਏ ਸੀ ਅਤੇ ਉਹ ਹੀ ਨਾ ਬੱਚੇ ਮੇਰੇ ਨਾਲ ਯੂਨੀਫੋਰਮ ਤਾਂ ਧੋ ਦਿੱਤਾ ਬੇਗਮ ਸਾਹਿਬਾ ਉਹਨੇ, ਅਤੇ ਕਿਹੜਾ ਹੈਗਾ ਨਾ ਬੱਚੇ ਨਾ ਹਾਂਜੀ ਸਕੂਲ ਕਿਹੜੇ ਨਾ ਬੱਚੇ ਫਟੇ ਉਹ ਕੱਪੜੇ ਪਾ ਗਿਆ ਸੀ। ਅੱਜ ਮੈਨੂੰ ਹੀ ਨਾ ਬੇਗਮ ਸਾਹਿਬਾ ਕਹਿ ਰਹੀ ਸੀ ਕੱਪੜੇ ਇਹਨਾਂ ਬੱਚਿਆਂ ਵਾਸਤੇ ਨਾ ਦੋ ਜੋੜੇ ਲਈ, ਕਿ ਉਹਨਾਂ ਫੰਕਸ਼ਨ ਵਗੈਰਾ ਇਹਨਾਂ ਵਿੱਚ ਆਉਂਦਾ ਰਹਿੰਦਾ ਬੱਚਿਆਂ ਦਾ, ਅਤੇ ਤਾਂ ਕਰਕੇ ਉਹਨਾਂ ਵਾਸਤੇ ਨਾ ਦੋ ਜੋੜੇ ਲੈਂਦੇ ਹਾਂ, ਫਿਰ ਚੱਲ ਫੰਕਸ਼ਨ 'ਤੇ ਪਾ ਕੇ ਗਏ ਕਰਾਂਗੇ। ਔਰ ਕਾਫੀ ਸਾਰੇ ਮਾਸ਼ਾਅੱਲਾ ਕਿਹੜੇ ਹੈਗੇ ਨਾ ਭਾਈਆਂ ਭੈਣਾਂ ਦਾ ਸ਼ੁਕਰ ਗੁਜ਼ਾਰ ਹਾਂ ਜਿਹੜੇ ਸਾਡੇ ਸਬਸਕ੍ਰਾਈਬਰ ਮਾਸ਼ਾਅੱਲਾ ਵਧਾ ਰਹੇ ਨੇ, ਤਕਰੀਬਨ 6 ਤੋਂ 7 ਅੱਜ ਵਧੇ ਨੇ, ਕੋਈ 5-6 ਨਾ ਕੱਲ੍ਹ ਵਾਲੀ ਵੀਡੀਓ 'ਚ ਸਬਸਕ੍ਰਾਈਬਰ ਵਧੇ ਨੇ। ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ, ਜਿਹੜੇ ਸਾਨੂੰ ਇਤਨੇ ਪਿਆਰੇ ਨੇਕ ਬੰਦੇ ਹੈਗੇ ਕਿਹੜੇ ਸਾਨੂੰ ਸਬਸਕ੍ਰਾਈਬਰ ਹੀ ਦਿੰਦੇ ਨੇ ਹੋਰ ਵਿਊਜ਼ ਵੀ ਦਿੰਦੇ ਹੈਗੇ, ਤੁਹਾਡੀ ਵੀਡੀਓ ਵੀ ਮਾਸ਼ਾਅੱਲਾ ਐਂਡ ਤੱਕ ਵੇਖਦੇ ਨੇ।
ਬਹੁਤ ਅੱਛੇ ਬਾਹਰਲੇ ਮੁਲਕਾਂ 'ਚ ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਸਾਡੀ ਬਹੁਤ ਸਪੋਰਟ ਕਰਦੇ ਅਤੇ ਔਰ ਸਾਡੀ ਅਗਰ ਕੋਈ ਗੱਲ ਭਾਈਆਂ ਭੈਣਾਂ ਨੂੰ ਗਲਤ ਲੱਗੀ ਹੋਵੇ ਤਾਂ ਅਸੀਂ ਦਿਲੋਂ ਮਾਜ਼ਰਾ ਚਾਹੁੰਦੇ ਹਾਂ, ਅਸੀਂ ਤਾਂ ਦੁਆਵਾਂ ਦਿਲੋਂ ਕਰਨੇ ਹਾਂ ਸਾਰੇ ਭੈਣਾਂ ਭਾਈਆਂ ਵਾਸਤੇ, ਕਿਉਂਕਿ ਖੁਸ਼ ਹੁੰਦੇ ਹਾਂ ਅਸੀਂ, ਸਾਡੇ ਵਾਸਤੇ ਇਤਰੇ ਮਾਸ਼ਾਅੱਲਾ ਗਿਫਟ, ਪਿਆਰੇ ਪਿਆਰੇ ਬਹੁਤ ਹੀ ਵੱਡੇ ਵੱਡੇ ਗਿਫਟ ਪਿਆਰੇ ਮਾਸ਼ਾਅੱਲਾ ਭੇਜੇ ਅਤੇ ਸਾਡਾ ਦਿਲ ਖੁਸ਼ ਹੁੰਦਾ ਹੈ ਉਹਨਾਂ ਵਾਸਤੇ ਦੁਆ ਕਰਨ ਵਾਸਤੇ। ਅੱਲਾਹ ਸਾਰਿਆਂ ਦੀ ਜ਼ਿੰਦਗੀ ਕਰੇ ਅਤੇ ਔਰ ਅੱਜ ਦੇ ਵਲੋਗ ਵਿੱਚ ਇੱਥੇ ਭਾਈਆਂ ਭੈਣਾਂ ਕੋਲ ਲੈ ਰਹੇ ਹਾਂ ਜਸ ਤਾਂ ਹਾਂਜੀ ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਵੀਡੀਓ ਸਾਡੀ ਐਂਡ ਤੋਂ ਵੇਖਣੀ। ਭੈਣਾਂ ਭਾਈਆਂ ਦੀ ਬੜੀ ਮਿਹਰਬਾਨੀ ਜਿਹੜੀ ਇਹਨੇ ਸਪੋਰਟ ਕਰਦੇ ਹੋ, ਤੁਹਾਡੀ ਸਪੋਰਟ ਨਾਲ ਮਾਸ਼ਾਅੱਲਾ ਚੈਨਲ ਕਾਫੀ ਚੱਲ ਰਿਹਾ। ਹਾਂਜੀ ਔਰ ਜਿਹੜੇ ਬਿਮਾਰ ਹਨ ਅੱਲਾਹ ਪਾਕ ਉਹਨਾਂ ਨੂੰ ਸ਼ਫਾ ਦੇਵੇ, ਔਰ ਜਿਹੜੇ ਕੋਈ ਕਾਰੋਬਾਰ ਨਹੀਂ ਅੱਲਾਹ ਪਾਕ ਉਹਨਾਂ ਨੂੰ ਕਾਰੋਬਾਰ ਦੇਵੇ, ਔਰ ਜਿੰਨੇ ਕਿ ਸਾਡੇ ਚੈਨਲ 'ਤੇ ਭੈਣਾਂ ਭਾਈ ਨਵੇਂ ਕਿ ਪੁਰਾਣੇ ਨੇ ਅੱਲਾਹ ਪਾਕ ਸਾਰਿਆਂ ਭੈਣਾਂ ਭਾਈਆਂ 'ਤੇ ਰਹਿਮਤ ਬਣਾਈ ਰੱਖਿਆ, ਔਰ ਬਿਮਾਰੀਆਂ ਜਿਹੜੇ ਨੇ ਬੱਚਿਆਂ 'ਤੇ ਰਹਿਮਤ ਕੀਤੀ ਰੱਖੇ। ਆਮੀਨ। ਤੇ ਅੱਜ ਦੇ ਵਲੋਗ ਵਿੱਚ ਇੰਨਾ ਹੀ, ਜਜ਼ਾ ਅੱਲਾਹ ਨੇ